ਜੀਤ ਸਿੰਘ ਸੰਧੂ ਦਾ ਨਾਵਲ ਜੰਗ یوں ਵੀ ਦਾ 11ਵਾਂ ਅੰਗ ਟੇਕ ਨੂੰ ਇਲਾਕੇ ਦੇ ਐਮਐਲਏ ਸੰਧੂਰਾ ਸਿੰਘ ਦੀ ਸਰਪ੍ਰਸਤੀ ਮਿਲ ਗਈ ਸੀ ਸੰਧੂਰਾ ਸਿੰਘ ਦੇ ਸ਼ੈਲਰ ਵਿੱਚੋਂ ਉਹਨੂੰ ਸਮੈਗ ਚਰ ਸੈਰੋਨ ਅਫੀਮ ਹਰ ਪ੍ਰਕਾਰ ਦਾ ਨਸ਼ਾ ਮਿਲ ਜਾਂਦਾ ਸੀ ਜੋ ਅੱਗੇ ਸਪਲਾਈ ਕਰ ਦਿੰਦਾ ਸ਼ੈਲਰ ਵਿੱਚ ਮਾਲ ਕਿੱਥੋਂ ਆਉਂਦਾ ਸੀ ਕੌਣ ਲਿਆਉਂਦਾ ਸੀ ਉਹਨੂੰ ਅਜੇ ਤੱਕ ਕੋਈ ਪਤਾ ਨਹੀਂ ਸੀ ਸ਼ੈਲਰ ਭਾਵੇਂ ਬੰਦ ਪਿਆ ਸੀ ਪਰ ਉੱਥੇ ਇੱਕ ਪੂਰੇ ਨਾਂ ਦਾ ਆਦਮੀ ਰਹਿ ਰਿਹਾ ਸੀ ਜੋ ਆਪਣੇ ਆਪ ਨੂੰ ਸੰਧੂਰਾ ਸੀ ਉਹਦਾ ਰਿਸ਼ਤੇਦਾਰ ਦੱਸਦਾ ਸੀ। ਇਹ ਸਾਰੇ ਕਾਰੋਬਾਰ ਦਾ ਉਹ ਹੀ ਕਰਤਾ-ਕਰਤਾ ਸੀ। ਤੇ ਇੱਕ ਉਥੋਂ ਮਾਲ ਚੱਕ ਅੱਗੇ ਵੱਡੇ-ਵੱਡੇ ਘਰਾਂ ਦੇ ਕਾਕਿਆਂ ਨੂੰ ਸਪਲਾਈ ਕਰ ਦਿੰਦਾ। ਕਾਲਜਾਂ ਵਿੱਚ ਵੀ ਚੋਰੀ-ਛੁਪੇ ਨਸ਼ੇ ਵਿਕਦੇ। ਸਧਾਰਨ ਲੋਕਾਂ ਦੇ ਕਾਕੇ ਗੋਲੀਆਂ, ਟੀਕੇ ਜਾਂ ਸ਼ੀਸ਼ੀਆਂ ਤੱਕ ਹੀ ਸੀਮਤ ਹੁੰਦੇ। ਹੁਣ ਤਾਂ ਨਸ਼ਾ ਛਡਾਊ ਕੇਂਦਰਾਂ ਦੇ ਨਾਂ ਤੇ ਵੀ ਨਸ਼ੇ ਵਾਲੀਆਂ ਦਵਾਈਆਂ ਦੀ ਪਰਮਾਰਸ਼ ਸੀ। ਅਖਬਾਰਾਂ 'ਚ ਇਸ਼ਤਿਹਾਰ छਪਵਾਵੋ ਪ੍ਰਾਈਵੇਟ ਨਸ਼ਾ ਕੇਂਦਰ 헤ੜਾਂ ਦੀਆਂ 헤ੜਾਂ ਨਸ਼ੇੜੀਆਂ ਦੀਆਂ ਆਪਣੇ ਮਗਰ ਲਾ ਲੈਂਦੇ ਸਰਕਾਰਾਂ ਇਸ ਪਾਸਿਓਂ ਜਮਈ ਸੁੱਤੀਆਂ ਪਈਆਂ ਸੀ ਉਹਨਾਂ ਭਾਣੇ ਨਸ਼ਾ ਛਡਾਊ ਕੇਂਦਰ ਜਵਾਨੀ ਬਚਾ ਰਹੇ ਐ ਪਰ ਬੇੜਾ ਹੋਰ ਗਰਕਦਾ ਜਾ ਰਿਹਾ ਸੀ ਖੂਚੋਂ ਨਿਕਲ ਖਾਤੇ 'ਚ ਡਿੱਗਣ ਵਾਲੀ ਗੱਲ ਸੀ ਪੁਲਿਸ ਅਮਲੀ ਸ਼ਮਲੀ ਫੜ ਖਾਣਾ ਪੂਰਤੀ ਕਰ ਰਹੀ ਸੀ ਵੱਡੇ ਵੱਡੇ ਮੱਛ ਤਾਂ ਉਹਨਾਂ ਦੇ ਜਾਲ 'ਚ ਉਤਲਕ ਜਾਂਦੇ ਸੀ ਟੇਕ ਹੁਣ ਸੰਧੂਰਾ ਸਿਓਂ ਦੀ ਕੋਠੀ ਵੀ ਜਾਂਦਾ ਕਈ ਨਿੱਕੀਆਂ-ਮੋਟੀਆਂ ਜ਼ਿੰਮੇਵਾਰੀਆਂ ਉਹਦੀਆਂ ਹੀ ਉਹਦੀ ਜ਼ਿੰਮੇਵਾਰੀ ਚ ਆ ਗਈਆਂ ਸੀ ਉਹ ਬਿਨਾ ਖੰਭਾਂ ਤੋਂ ਉੱਡਣ ਲੱਗ ਪਿਆ ਆਪਣੇ ਆਪ ਨੂੰ ਐਮ.ਐਲ.ਏ ਸਾਹਿਬ ਦਾ ਸਜਾ ਹੱਥ ਸਮਝਣ ਲੱਗ ਪਿਆ ਸੰਧੂਰਾ ਸਿੰਘ ਵੀ ਉਹਤੇ ਵਿਸ਼ਵਾਸ ਕਰਨ ਲੱਗ ਪਿਆ ਸੀ ਹੈਰੋਇਨ ਦੀ ਵੱਡੀ ਖੇਪ ਲਿਆਉਣੀ ਹੁੰਦੀ ਤਾਂ ਉਹਨੂੰ ਭੇਜਦਾ ਲਾਲ ਬੱਤੀ ਵਾਲੀ ਕਾਰ ਉਸਦੇ ਹੇਠ ਹੁੰਦੀ ਟੇਕ ਸਿੰਘ ਆਪਣੇ ਸ਼ੈਲਰ 'ਚ ਜਾ ਪੂਰਾ ਤੇਰੀ ਉਡੀਕ ਕਰੀ ਜਾਂਦਾ ਇੱਕ ਦਿਨ ਸੰਧੂਰਾ ਸਿੰਘ ਨੇ ਆਖਿਆ ਸੀ ਤੇ ਟੇਕ ਮੋਟਰਸਾਈਕਲ ਤੇ ਸ਼ੈਲਰ ਚ ਆਇਆ ਸੀ ਜਿੱਥੇ ਪੂਰਾ ਬੈਠਾ ਉਹਨੂੰ ਹੀ ਉਡੀਕ ਰਿਆ ਸੀ ਤੇਰਾ ਫੋਨ ਮਲਾਇਆ ਮਿਲਿਆ ਨਹੀਂ ਕਾਰ ਕੱਢ ਗੈरेज ਚ ਤੇ ਫਿਰੋਜ਼ਪੁਰ ਜਾ ਜੀਰਾ ਰੋਡ ਪੈ ਜਾਈਂ ਕਿਲੋਕਮੀਟਰ ਸ਼ਹਿਰੋਂ ਬਾਹਰ ਸੱਜੇ ਹੱਥ ਇੱਕ ਬਹੁਤ ਵੱਡਾ ਬੰਗਲਾ ਹੈ ਜਿਸ ਤੇ ਪਾਣੀ ਵਾਲੀ ਟੈਂਕੀ ਹਾਥੀ ਬਣਿਆ ਹੋਇਆ ਹੈ ਚਿੱਟਾ ਸਫੈਦ ਹਾਥੀ ਉਸ ਬੰਗਲੇ ਚ ਜਾਣਾ ਤੂੰ ਆਖਪੂਰੇ ਨੇ ਉਹਨੂੰ ਸਾਰਾ ਕੁਝ ਸਮਝਾ ਦਿੱਤਾ ਸੀ ਤੇ ਹਜ਼ਾਰ-ਹਜ਼ਾਰ ਦੇ ਨੋਟਾਂ ਨਾਲ ਭਰਿਆ ਬੈਗ ਉਹਦੇ ਹਮਲਾਇਈ ਕਰ ਕੁਝ ਹੋਰ ਖਦਾਇਤਾਂ ਦਿੱਤੀਆਂ ਤਾਂ ਟੇਕ ਨੇ ਗੈਰੇਜ ਚੋਂ ਕਾਰ ਕੱਢ ਲਈ ਸੀ ਕਾਰ ਚੋਰੀ ਦੀ ਸੀ ਜਿਸ ਤੇ ਲਾਲ ਬੱਤੀ ਲਾਈ ਗਈ ਸੀ ਜੇ ਇਹੋ ਜੇ ਕੰਮਾਂ ਨੂੰ ਹੀ ਵਰਤੀ ਜਾਂਦੀ ਸੀ ਟੇਕ ਫਿਰੋਜ਼ਪੁਰੋਂ ਸਟਿਕਾਣੇ ਤੇ ਜਦ ਆਪਣਾ ਕੰਮ ਨਿਪਟਾ ਕੇ ਮੁੜਿਆ ਤਾਂ ਸ਼ਹਿਰੋਂ ਬਾਹਰ ਛਾਣੀ ਰੋਡ ਤੇ ਪੁਲਿਸ ਦਾ ਨਾਕਾ ਲੱਗਾ ਸੀ ਪਰ ਲਾਲ ਬੱਤੀ ਦੀ ਧੌਂਸ ਤੇ ਜਦੋਂ ਲੰਘਣ ਲੱਗਾ ਤਾਂ ਉਹਨੂੰ ਰੋਕ ਲਿਆ ਗਿਆ ਕਿਹਦੀ ਗੱਡੀ ਆ ਓਏ ਇਨਸਪੈਕਟਰ ਰਗਵੀਰ ਸਿੰਘ ਤਣਿਆਂ ਖੜਾ ਸੀ। ਉਹਨੂੰ ਕੁਝ ਦਿਨ ਹੀ ਹੋਏ ਸੀ ਬਦਲੀ ਹੋ ਕੇ ਆਏ ਨੂੰ। ਜੱਜੀ ਜੀ ਟੇਕ ਨੂੰ ਤਾਂ ਸੁਪਨੇ 'ਚ ਵੀ ਉਮੀਦ ਨਹੀਂ ਸੀ ਵੀ ਕੋਈ ਪੁਲਿਸ ਵਾਲਾ ਲਾਲ ਬੱਤੀ ਵਾਲੀ ਗੱਡੀ ਰੋਕਣ ਦੀ ਜ਼ਰੂਰਤ ਵੀ ਕਰੂ। ਗੱਡੀ ਕਿਹਦੀ ਆ? ਰਣਵੀਰ ਸਿੰਘ ਨੇ ਰੂਲ ਉਹਦੇ ਮੋਢੇ ਤੇ ਰੱਖ ਲੈ ਜੀ ਐਮਐਲ ਸੰਧੂਰਾ ਸਿੰਘ ਦੀ। ਚੱਲ ਕਿਸੇ ਦੀ ਵੀ ਹੋਈ, ਤੈਨੂੰ ਦਿਸ ਨਹੀਂ ਰਿਹਾ। ਗੱਡੀਆਂ ਦੀ ਚੈਕਿੰਗ ਹੋਈ ਜਾਂਦੀ ਆ। ਤੋ ਤੂੰ ਬੇਪਰਵਾਹ ਹੋ ਲੰਘ ਚੱਲਿਆ ਸੀ ਰਗਵੀਰ ਟੇਕ ਨੂੰ ਭੱਜ ਕੇ ਪਿਆ। ਉੱਕੜ ਕੰਸਪੈਕਟਰ ਸੀ ਐਰੇ ਗਰੇ ਨੱਥੂ ਘਰੇ ਦੀ ਕੀ ਵੱਡਿਆਂ ਵੱਡਿਆਂ ਦੀ ਧੌਂਸ ਨਹੀਂ ਚੱਲਦਾ ਸੀ ਪਰ ਰਿਸ਼ਵਤ ਆਪਣੇ ਸਕੇ ਪਿਓ ਤੋਂ ਵੀ ਨਹੀਂ ਛੱਡਦਾ ਸੀ ਸੌਦੇਬਾਜ਼ੀ ਜ਼ਰੂਰ ਕਰ ਜਾਂਦਾ ਕੱਲੀ ਸਫਾਰਿਸ਼ ਨਾਲ ਕੰਮ ਕਰਨ ਵਾਲਾ ਬੰਦਾ ਨਹੀਂ ਸੀ ਗੱਡੀ ਦੀ ਤਲਾਸ਼ੀ ਹੋਈ ਸੀਟ ਹੇਠੋਂ ਹੈਰੋ ਨਿਕਲੀ ਟੇਕ ਦੀ ਇੱਕ ਨਹੀਂ ਸੁਣੀ ਗਈ ਥਾਣੇ ਲਿਆ ਕੇ ਹੀ ਗੱਲ ਕੀਤੀ ਹੁਣ ਬੋਲ ਕੀ ਦਾ ਮਾਲ ਹੈ ਜੇ ਝੂਠ ਮਾਰਿਆ ਮੈਂ ਕਿਸੇ ਪੁਲਤੇ ਲੈ ਜਾ ਕੇ ਰਾਤ ਨੂੰ ਠਾ ਘਰ ਦੂੰ ਰਗਵੀਰ ਸਿੰਘ ਨੇ ਜਦ ਆਪਣੇ ਅੱਦਦ ਪਾ ਪੱਕੇ ਦੇ ਡੇਲੀ ਕੱਢੇ ਤਾਂ ਟੇਕ ਨੀਵੀਂ ਭਾਵੇਂ ਪਾ ਗਿਆ ਪਰ ਚੁੱਪ ਨਹੀਂ ਖੋਲੀ ਚੁੱਪ ਤੋੜੀ ਸੀ ਜਦ ਰਗਵੀਰ ਦਾ ਹਥੌੜੇ ਵਰਗਾ ਹੱਥ ਕੰਨਾਂ ਵਾਲੇ ਥਾਂ ਤੇ ਠੁਕਿਆ ਸੀ ਸੰਧੂਰਾ ਸਿੰਘ ਦਾ ਹੀ ਆ ਜੀ ਉਹਨੇ ਸੱਚ ਬਿਆਨ ਕਰਤਾ ਪੂਰਾ ਪਰਲ ਕੋ ਰੱਖਣ ਦੀ ਜੁਰਤ ਨਹੀਂ ਪਈ ਸੀ ਕਾਕਾ ਹੁਣ ਤੇਰੇ ਉਸ ਐਮਐਲਏ ਨੇ ਤੇਰੇ ਰੱਤੀ ਪਰ ਕੰਮ ਨਹੀਂ ਆਉਣਾ ਰਗਵੀਰ ਨੇ ਆਖ ਟੇਕ ਤੋਂ ਸੰਧੂਰਾ ਸਿੰਘ ਦਾ ਫੋਨ ਨੰਬਰ ਪੁੱਛ ਫੋਨ ਮਲਾਇਆ ਤਾਂ ਅੱਗੋਂ ਭਾਰੀ ਜੀ ਆਵਾਜ਼ ਆਈ ਸੀ ਹੈਲੋ ਹੈਲੋ ਸਰਦਾਰ ਸੰਧੂਰਾ ਸਿੰਘ ਜੀ ਹਾਂ ਹਾਂ ਜੀ ਤੁਸੀਂ ਕੌਣ ਮੈਂ ਇੰਸਪੈਕਟਰ ਰਣਵੀਰ ਸਿੰਘ ਬੋਲਦਾ ਫਿਰੋਜ਼ਪੁਰ ਤੋਂ ਤੇਰੇ ਆਦਮੀ ਨੇ ਤਾਂ ਅੱਖਾਂ ਦੀ ਘੂਰ ਨਹੀਂ ਚੱਲੀ ਆਖਰ ਅਗਭੀਰ ਸਿੰਘ ਆਪਣੀਆਂ ਮੁੱਛਾਂ 'ਚ ਹੱਸਿਆ ਸੀ ਪਰ ਇਹ ਹਾਸਾ ਸੰਧੂਰਾ ਸਿੰਘ ਤੋਂ ਦੂਰ ਸੀ ਮੇਰੇ ਆਦਮੀ ਨੇ ਮੇਰੇ ਕਿਹੜੇ ਆਦਮੀ ਨੇ ਤੁਹਾਨੂੰ ਕੋਈ ਭੁਲੇਖਾ ਲੱਗਾ ਹੋਣਾ ਨਾਲੇ ਹਰ ਵੋਟਰ ਤੁਹਾਨੂੰ ਪਤਾ ਹੈ ਇਹੀ ਕਹਿੰਦਾ ਮੈਂ ਫਲਾਣੇ ਦਾ ਬੰਦਾ ਇਹ ਵੀ ਤੁਹਤੋਂ ਭੁੱਲ ਨਹੀਂ ਫੋਨ ਕਰਨ ਲੱਗੇ ਤਾਂ ਇਹ ਤਾਂ ਸੋਚ ਲੈਣਾ ਸੀ ਸੰਦੂਰਾ ਸਿੰਘ ਨੇ ਆਖ ਜਿਵੇਂ ਇਨਸਪੈਕਟਰ ਦੀ ਔਕਾਤ ਦੱਸਣ ਦੀ ਕੋਸ਼ਿਸ਼ ਕੀਤੀ ਪਰ ਅਗੇ ਉਹਦੀ ਵਾਰ ਗਬੀਰ ਸਿੰਘ ਨਾਲ ਨਹੀਂ ਕਦੀ ਪਈ ਸੀ ਨਹੀਂ ਉਹਦੀ ਅਫਸਰੀ ਬਾਰੇ ਚੰਗੀ ਤਰ੍ਹਾਂ ਜਾਣਦੇ ਹੋਣਾ ਸੀ ਜਨਾਬੇ ਵਾਲੀ ਟੇਕ ਸਿੰਘ ਕੋਲੋਂ ਕਾਫੀ ਮਾਲ ਫੜਿਆ ਤੁਸਾਂ ਦਾ ਨਾਮ ਬੱਕਦਾ ਉਹ ਵੀ ਅੱਖਾਂ ਦੀ ਘੂਰ ਨਾਲ ਹੀ ਡੰਡਾ ਚੜਾਇਆ ਤਾਂ ਉਹ ਤਾਂ ਪੂਰਾ ਖਾਦਾ ਪੀਤਾ ਬਾਹਰ ਮਾਰੂ ਤੋਤਾ ਬੋਲੀ ਬੋਲੂ ਮਾਲ ਕਿੰਨਾ ਤੇ ਕਿਹੜਾ ਹੋ ਸਕਦਾ ਇਹ ਤਾਂ ਹੁਣ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ 4 ਕਿਲੋ 500 ਗ੍ਰਾਮ ਹੈਰੋਇਨ ਦੀ ਕੀਮਤ ਅੰਕਣੀ ਤੁਹਾਡੇ ਲਈ ਕੋਈ ਔਖੀ ਨਹੀਂ ਕੈਲਕੂਲੇਟਰ ਮੋਬਾਈਲ 'ਚ ਹੀ ਹੋਣਾ ਰਣਵੀਰ ਨੇ ਆਕ ਮੂੰਹ ਗੋਲ ਕਰ ਸਿਟੀ ਮਾਰੀ ਜੋ ਸੰਧੂਰਾ ਸਿੰਘ ਦੇ ਬਰਛੀ ਵਾਂਗ ਕੰਨਾਂ ਵਿੱਚ ਦੀ ਦਿਲ ਤੱਕ ਉਤਰੀ ਕੀ ਮਜ਼ਾਕ ਹੈ ਮਜ਼ਾਕ ਕਰਨ ਨੂੰ ਕੋਈ ਮਜ਼ਾਕ ਵਾਲੀ ਆਪਣੀ ਸਕੀਰੀ ਨਹੀਂ ਸਰਦਾਰ ਜੀ ਜੇ ਆ ਸਕਦੇ ਹੋ ਸ਼ਾਮ ਤੱਕ ਠੀਕ ਹੈ ਨਹੀਂ ਆਉਣਾ ਮੈਂ ਦੇਖਾ ਤਾਂ ਸੀ ਕੌਣ ਆ ਜੋ ਮੇਰੇ ਮੋਢੇ ਤੇ ਧਰ ਕੇ ਚਲਾਉਂਦਾ ਸਾਲੇ ਆਪੋ ਜੀਸਣ ਵਾਲੇ ਵੀ ਕਮੇਨਗੀਆਂ ਤੇ ਉਤਰ ਆਏ ਆ ਆਕਸ ਸੰਧੂਰਾ ਸਿੰਘ ਨੇ ਫੋਨ ਕਟਿਆ ਸੀ ਤਾਂ ਰਗਵੀਰ ਮੁੱਛਾਂ ਚ ਹੱਸਿਆ ਉਦੋਂ ਉਦੋਂ ਸੰਧੂਰਾ ਸਿੰਘ ਨੇ ਪੂਰੇ ਦਾ ਨੰਬਰ ਮਲਾਇਆ ਪੂਰੇ ਨੇ ਦੱਸਿਆ ਵੀ ਪੂਰੇ 5 ਕਰੋੜ ਦਾ maal ਆਉਣ ਵਾਲਾ ਸੀ ਹੁਣ ਤੱਕ ਪਹੁੰਚ ਜਾਣਾ ਚਾਹੀਦਾ ਸੀ ਸੰਧੂਰਾ ਸਿੰਘ ਜੋੜ ਤੋੜ ਕਰਨ ਲਈ ਸੋਚਣ ਲੱਗ ਪਿਆ ਥਾਣੇ 'ਚ ਬੈਠਾ ਟੇਕ ਡਰ ਰਿਹਾ ਸੀ ਪਰ ਉਹ ਇਹ ਵੀ ਸੋਚ ਰਿਹਾ ਸੀ ਵੀ ਓਨਾ ਚਿਰ ਇਹ ਡਰ ਸੀ ਜਿੰਨਾ ਚਿਰ ਸਰਦਾਰ ਦਾ ਕੋਈ ਫੋਨ ਨਹੀਂ ਆ ਜਾਂਦਾ ਉਨੇ ਤਾਂ ਇੱਕ ਫੋਨ ਤੇ ਹੀ ਬਾਹਰ ਹੋਣਾ ਸੀ ਥਾਣੇਦਾਰ ਤਾਂ ਕਮਲਾ ਸੀ ਜਿਹੜਾ ਉਹਨੂੰ ਬਲੀ ਬੈਠਾ ਸੀ ਟੇਕ ਤਾਂ ਉਸ ਵੇਲੇ ਦੀ ਉਡੀਕ ਕਰ ਰਿਹਾ ਸੀ ਜਦ ਥਾਣੇਦਾਰ ਨੇ ਇਹ ਆਖ ਦੇਣਾ ਸੀ ਭੱਜ ਜਾ ਓਏ ਦਿਨ ਛਪਦੇ ਨਾਲ ਛਿਪਦੇ ਨਾਲ ਸੰਧੂਰਾ ਸਿੰਘ ਆ ਗਿਆ ਪਰ ਹਵਾਲਾਤ ਵੱਲ ਝਾਕਿਆ ਤੱਕ ਨਹੀਂ ਦਰਵਾਜ਼ੇ ਵਿੱਚ ਦੀ ਸਿੱਧਾ ਰਣਵੀਰ ਸਿੰਘ ਦੇ ਦਫ਼ਤਰ ਨੂੰ ਗਿਆ ਦਫ਼ਤਰ 'ਚ ਬੈਠਾ ਰਗਵੀਰ ਆਪਣੀਆਂ ਮੁੱਛਾਂ ਨੂੰ ਗੇੜੇ ਪਾਈ ਫਿਰਦਾ ਸੀ ਔਰ ਇਸ ਸੰਧੂਰਾ ਸਿੰਘ ਨੂੰ ਵੇਖ ਕੁਰਸੀ ਤੇ ਤੋਂ ਉੱਠਣ ਦੀ ਜ਼ਹਿਮਤ ਨਹੀਂ ਉਠਾਈ ਇੱਕ ਕੁਰਸੀ ਵੱਲ ਹੱਥ ਕਰਦੇ ਆਂ ਇਹ ਜ਼ਰੂਰ ਆਖਿਆ ਸੀ ਆਓ ਬੈਠੋ ਮੈਂ ਤੁਹਾਡੀ ਉਡੀਕ ਹੀ ਕਰ ਰਿਆ ਸੀ ਪਹਿਲਾਂ ਇਹ ਦੱਸੋ ਕੋਈ ਠੰਡਾ ਤੱਤਾ ਪੀਓਗੇ ਓਏ ਭਾਗੋ ਸਰਦਾਰ ਜੀ ਹੋਣਾ ਵਾਸਤੇ ਪਾਣੀ ਲਿਆਓ ਰਗਵੀਰ ਦਾ ਦਿਲ ਬਾਗੀਆਂ ਪਾ ਰਿਹਾ ਸੀ ਕੀ ਚਾਹੁੰਦੇ ਆ ਤੁਸੀਂ ਸੰਧੂਰਾ ਸਿੰਘ ਅਸਲੀ ਗੱਲ ਤੇ ਆ ਗਿਆ ਜਮਾਂ ਮੁਕਰਿਆ ਕਰੋੜਾਂ ਦਾ ਮਾਲ ਹੱਥੋਂ ਜਾਣਾ ਸੀ ਰਗਵੀਰ ਸਿੰਘ ਨੂੰ ਵੇਖਣ ਚ ਕਾਗ ਲੱਗਿਆ ਸੌਦੇਵਾਜੀ ਬਿਨ ਅਖਬਾਰਾਂ ਚ ਉਛਾਲਣੋਂ ਤਾਂ ਉਸ ਹਟਣਾ ਹੀ ਨਹੀਂ ਸੀ ਟੇਕ ਤੋਂ ਮਨ ਆਏ ਬਿਆਨ ਦਵਾ ਦੇਣੇ ਸੀ ਅੱਗੇ ਸਿਰ ਤੇ ਚੋਣਾ ਆਉਣ ਵਾਲੀਆਂ ਸੀ ਮੁੱਖ ਮੰਤਰੀ ਤੱਕ ਗੱਲ ਜਾਣੀ ਸੀ ਤਾਂ ਉਹਨੇ ਵੀ ਆਨੇ ਕੱਢਣੇ ਸੀ ਇਹ ਤਾਂ ਮੰਨਦਾ ਨਾ ਤੂੰ ਮਾਲ ਤੁਹਾਡਾ ਰਗਵੀਰ ਨੇ ਆਖਿਆ ਤੇ ਭਾਗੂ ਸਿਪਾਈ ਪਾਣੀ ਰੱਖ ਚਾਹ ਕਹਿਣ ਤੁਰ ਪਿਆ ਕਾਨੂੰ ਯਾਰ ਇੱਕ ਰਿਸ਼ਤੇਦਾਰ ਦਾ ਹੈ ਨਾਲੇ ਤੁਸੀਂ ਅੰਬ ਖਾਣ ਵਾਲੀ ਗੱਲ ਕਰੋ ਦਰਖਤ ਗਿਣ ਕੇ ਤੁਸੀਂ ਕੀ ਕਰਨੇ ਆ ਜੇ ਆਖੋ ਤਾਂ ਮੁੱਖ ਮੰਤਰੀ ਸਾਹਿਬ ਦਾ ਫੋਨ ਕਰਵਾ ਦੇਣਾ ਸੰਧੂ ਰਾਸੀਓ ਜਿਵੇਂ ਧੌਂਸ ਵੀ ਦੇ ਗਿਆ ਪਰ ਅੱਗੇ ਵੀ ਰਗਭੀਰ ਸੀ ਹਾਂ ਹਾਂ ਕਿਉਂ ਨਹੀਂ ਮੈਨੂੰ ਤਾਂ ਸਗੋਂ ਸੌਗ ਹੋ ਜਾਣੀ ਹੈ ਅਜੇ ਕੱਲ ਹੀ ਡੀਆਈਜੀ ਸਾਹਿਬ ਦਾ ਐਸਐਸਪੀ ਸਾਹਿਬ ਨੂੰ ਫੋਨ ਆਇਆ ਵੀ ਡਰੱਗਸ ਤੇ ਨਸ਼ਕੰਜਾ ਕਸੋ ਕਿ ਕੋਈ ਕਤਾਈ ਨਾ ਵਰਤੀ ਜਾਏ ਸਿੱਧੇ ਸੀਐਮ ਸਾਹਿਬ ਜੀ ਦੇ ਆਰਡਰ ਆ ਜੇ ਕੋਈ ਸਰਕਾਰ ਦੀ ਧੌਂਸ ਤੇ ਸਫਾਰਿਸ਼ ਕਰਦੇ ਤੇ ਮੈਨੂੰ ਸੂਚਿਤ ਕਰੋ ਰਗਵੀਰ ਨੇ ਆਖ ਸੰਧੂਰਾ ਸਿੰਘ ਕੋਲ ਕੋਈ ਰਾਹ ਰਹਿਣ ਹੀ ਨਾ ਦਿੱਤਾ ਸਗੋਂਸ ਵਾਲ ਫੋਨ ਵੀ ਸਰਕਾਰ ਦਿੱਤਾ ਮੇਰਾ ਨਾਂ ਨਾ ਆਵੇ ਦੱਸੋ ਕੀ ਚਾਹੁੰਦੇ ਹੋ ਤੁਸੀਂ ਸੰਧੂਰਾ ਸਿੰਘ ਤੱਕਲਾ ਹੋ ਗਿਆ ਬੇਫਿਕਰ ਰੋ ਪਰ ਕੇਸ ਤਾਂ ਮੈਨੂੰ ਪਾਉਣਾ ਹੀ ਪਊ ਅੱਧਾ ਕਿਲੋ ਹੈਰਨ ਛੱਡ ਜਾਓ 5 ਲੱਖ ਰੁਪਈਆ ਨਗਦ ਸਮਝੋ ਸਮੁੰਦਰ ਚੋਂ ਸਿਰਫ ਇੱਕ ਬੂੰਦ ਰਗਵੀਰ ਨੇ ਪੰਜੇ ਉਂਗਲਾਂ ਖੜੀਆਂ ਕਰਤੀਆਂ ਸੰਧੂਰਾ ਸਿੰਘ ਸੋਚੀ ਪੈ ਗਿਆ ਕਾਰ ਵੀ ਚੋਰੀ ਦੀ ਐ ਦਿੱਲੀ ਦਾ ਨੰਬਰ ਆ ਰਗਵੀਰ ਨੇ ਇੱਕ ਹੋਰ ਤੀਰ ਛੱਡਿਆ ਜੇ 5 ਲੱਖ ਤੇ ਗੱਲ ਆਉਂਦੀ ਐ ਅੱਧਾ ਕਿਲੋ ਮਾਲ ਕਿਹੜੀ ਖੁਸ਼ੀ ਚ ਜ਼ਿਆਤੀ ਐ ਤੁਹਾਡੀ ਫਿਰ ਕਿਹੜਾ ਆਪਾਂ ਮਿਲਣਾ ਵਰਤਣਾ ਨਹੀਂ ਰਗਵੀਰਵਾਲ ਝਾਕ ਸੰਧੂਰ ਸਿੰਘ ਨੇ ਰਿਆਇਤ ਮੰਗੀ ਵੇਖੋ ਮਾਲ ਕਿੱਥੋਂ ਆਇਆ ਕਾਲਾ ਚੋਰ ਕੌਣ ਸੀ ਉਹਦਾ ਨਾਮ ਵੀ ਨਹੀਂ ਆਉਂਦਾ ਤੁਸੀਂ ਇਹ ਵੀ ਮੰਨੋ ਤੁਸੀਂ ਤਾਂ 4 ਕਿਲੋ ਮਾਲ ਤੋਂ ਦੁਨੇ ਜਾਂਦੀਆਂ ਹੀ ਕਰ ਲੈਣੇ ਆ ਨਹੀਂ ਫਿਰ ਵੀ ਜ਼ਿਆਦਤੀ ਆ ਨਹੀਂ ਐਮਐਲਏ ਸਾਹਿਬ ਜ਼ਿਆਦਤੀ ਕਰਦਾ ਤਾਂ ਸਾਰਾ ਮਾਲ ਤੁਹਾਡੇ ਤੇ ਥੋਪਣਾ ਸੀ ਹੁਣ ਤੁਸੀਂ ਵੀ ਖੁਸ਼ ਮੈਂ ਵੀ ਖੁਸ਼ ਠੀਕ ਆ ਰਕਮ ਪਹੁੰਚ ਜਾਓ 4 ਕਿਲੋ ਮੈਂ ਲੈ ਜਾਣਾ ਤੇ ਨਾਲੇ ਗੱਡੀ ਸੰਧੂਰਾ ਸਿੰਘ ਉੱਠ ਖਲੋਤਾ ਨਹੀਂ ਗੱਡੀ ਵਾਲੀ ਝੂਠੀ ਗੱਲ ਇਹ ਗੱਡੀ ਵੀ ਤਾਂ ਟੇਕ ਸੇ ਟੇਕ ਸੇਰੀ ਪਾਉਣੀ ਐ ਇੱਕ ਪਿਸਤੌਲ ਵੀ ਐ ਰਗਵੀਰ ਸਿੰਘ ਨੇ ਸਿਰ ਫੇਰ ਦਿੱਤਾ ਤੇ ਫਿਰ 4 ਕਿਲੋ ਮਾਲ ਲੈ ਸੰਧੂਰਾ ਸਿੰਘ ਡੰਡੀ ਪਿਆ ਹਵਾਲਾਤ ਵੱਲ ਝਾਕਣ ਦੀ ਉਹਨੇ ਜ਼ਰੂਰਤ ਹੀ ਨਾ ਸਮਝੀ ਰਗਵੀਰ ਆਪਣੀ ਪੈਂਟ ਉੱਪਰ ਨੂੰ ਖਿੱਚਦਾ ਟੇਕ ਕੋਲ ਆ ਖੜਾ ਜੋ ਕੋਚਰ ਵਾਂਗ ਜੰਗਲੇ 'ਚ ਦੀ ਝਾਂਕ ਰਿਹਾ ਸੀ ਉਹ ਤਾਂ ਇਸ ਗੱਲੋਂ ਹੀ ਹੈਰਾਨ ਸੀ ਵੀ ਸਰਦਾਰ ਨੇ ਬੁਲਾਉਣਾ ਤਾਂ ਇੱਕ ਪਾਸੇ ਉਸ ਵੱਲ ਝਾਕਿਆ ਤੱਕ ਨਹੀਂ ਸੀ ਕਿਉਂ ਭਈ ਤੇਰਾ ਯਾਰ ਤਾਂ ਝੱਗਾ ਚੱਗ ਗਿਆ ਉਹ ਤਾਂ ਕਹਿੰਦਾ ਮੈਂ ਇਸ ਬੰਦੇ ਨੂੰ ਜਾਣਦਾ ਤੱਕ ਨਹੀਂ ਜਨਾਬ ਮੈਂ ਗਰੀਬ ਆਦਮੀ ਮਾਰਿਆ ਜਾਉ ਟੇਕ ਦੀ ਵੀ ਜਿਵੇਂ ਸੁਰਤ ਹੁਣ ਟਿਕਾਣੇ ਸਿਰ ਆਈ ਸੀ ਪਹਿਲਾਂ ਤਾਂ ਇਹੋ ਸਮਝੀ ਬੈਠਾ ਸੀ ਵੀ ਸਰਦਾਰ ਆ ਗਿਆ ਹੁਣ ਤਾਂ ਉਹਦੀ ਕਿਸੇ ਨੇ ਹਵਾਵਾਲ ਨਹੀਂ ਝਾਕਣਾ ਪਰ ਆ ਕੁਛ ਤਾਂ ਉਹਨੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਹੁਣ ਮੇਰੀ ਇੱਕ ਗੱਲ ਸੁਣੋ ਮੁਕਦਮਾ ਤਾਂ ਸਮਝ ਤੇਰੇ ਗਲ ਪੈ ਗਿਆ ਟਲ ਨਹੀਂ ਸਕਦਾ ਕਿਸੇ ਵੀ ਸੂਰਜ ਪਰ ਕੋਟਾਪੇ ਤੋਂ ਬਚ ਸਕਦਾ ਜੀ ਜਿਵੇਂ ਮੈਂ ਆਖਿਆ ਹੂੰ ਕਰੇ ਜੀ ਜਦੋਂ ਮਾਲ ਹੀ ਨਹੀਂ ਮੇਰਾ ਜਦੋਂ ਤੈਨੂੰ ਸਕੰਜੇ 'ਚ ਤੁੰਨ ਕੇ ਮਨਾਇਆ ਫਿਰ ਵੀ ਤਾਂ ਬਕੇਗਾ ਜਿਵੇਂ ਮੈਂ ਬਕਵਾਇਆ ਪਰ ਜੇ ਸਕੰਜੇ ਤੋਂ ਬਿਨਾਂ ਸਾਰਾ ਭਾਰ ਆਪਣੇ ਉੱਪਰ ਲੈ ਲਵੇਂ ਸੰਧੂਰਾ ਸਿੰਘ ਦਾ ਨਾਮ ਤੱਕ ਨਾ ਬੁਲਾ ਤੇ ਲਿਆਵੇਂ ਛੱਡੇ ਪਾਟਣ ਤੋਂ ਵੀ ਬਚ ਸਕਦਾ ਮੈਂ ਕੁਝ ਮੁਕੱਦਮਾ ਵੀ ਠੱਲਾ ਕਰ ਦਿਉ ਪਰ ਤੂੰ ਅਦਾਲਤ ਚ ਓਵੇਂ ਆਖੜਾਂ ਜਿਵੇਂ ਮੈਂ ਤੈਨੂੰ ਪੜਾਉ ਰਗਵੀਰ ਨੇ ਸਮਝਾਇਆ ਪਰ ਫੇਰ ਵੀ ਟੇਕ ਆ ਗਿਆ ਸਰ ਜਦੋਂ ਮਾਲ ਹੀ ਨਹੀਂ ਮੇਰਾ ਬਾਗੂ ਓਏ ਬਾਗੂ ਰਗਵੀਰ ਸਿੰਘ ਨੇ ਆਖਿਆ ਤਾਂ ਕਾਲੇ ਜੇ ਰੰਗ ਦਾ ਬਾਗੂ ਭੱਜਿਆ ਆ ਐਂਕਰ ਇਹਨੂੰ ਆਪਣੇ ਚੈਂਬਰ ਚ ਲੈ ਜਾ ਤੇ ਖਾਤਰਦਾਰੀ ਕਰੇ ਦੀ ਇਹਦੇ ਕਾਫੀ ਭਲੇਖੇ ਦੂਰ ਕਰਨ ਵਾਲਿਆ ਜੀ ਜੀ ਸਰ ਆਖ ਬਾਗੂ ਨੇ ਟੇਕ ਦਾ ਗੁੱਟ ਫੜ ਇੰਨੀ ਜ਼ੋਰ ਦੀ ਹਜੋਕਾ ਮਾਰਿਆ ਹੈ ਕੇ ਟੇਕ ਦਾ ਮੱਥਾ ਫਾੜ ਦੇ ਨੇ ਫਰਸ਼ ਤੇ ਵੱਜਿਆ ਹਾਈ ਮਰ ਗਿਆ ਓਏ ਆਖੋ ਨੇ ਪੈ ਚੱਲੇ ਰੋਬੜੇ ਤੇ ਹੱਥ ਰੱਖਿਆ ਇਥੇ ਅਸੀਂ ਐ ਪੋਲੇ ਪੈਰੀ ਨਹੀਂ ਮਰਨ ਦਿੰਦੇ ਉਠ ਭੈਣ ਦਾ ਗਲਾਵਾ ਚਾਰ ਦਿਨ ਕਿਸੇ ਲੀਡਰ ਦੀਆਂ ਖੁਰਲੀਆਂ 'ਚ ਹੱਥ ਮਾਰ ਕੇ ਰਾਣੀ ਖਾਂ ਦਾ ਸਾਲਾ ਸਮਝਣ ਲੱਗ ਪਿਆ ਆਪਣੇ ਆਪ ਨੂੰ ਸਾਦੋ ਸਾਬ ਦੇ ਸਜਰੇ ਪੜ੍ਹੋਈਏ ਨੂੰ ਜਿਹੜਾ ਇੱਥੋਂ ਜਾਂਦਾ ਤੇਰੀ ਬਾਤ ਵੀ ਨਹੀਂ ਪੁੱਛ ਕੇ ਗਿਆ ਆਖ ਭਾਗੂ ਨੇ ਧੌਣੋਂ ਫੜ ਟੇਕ ਨੂੰ ਅੱਗੇ ਲਾ ਲਿਆ ਪੋਸਟ ਚੈਂਬਰ ਚ ਲਾਇਆ ਜਿੱਥੇ ਇਨਸਾਨ ਦੀਆਂ ਮਾਰੀਆਂ ਚੀਕਾਂ ਅੰਦਰ ਹੀ ਦਫਨ ਹੋ ਜਾਂਦੀਆਂ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੁੰਦੀ ਇੱਧਰ ਕੀ ਹੋ ਰਿਹਾ ਉਸ ਚੈਂਬਰ ਚ ਵੱਡੇ ਵੱਡੇ ਖੱਬੀ ਖਾਮ ਮੁਜਰਮ ਵੀ ਬਾਹਾਂ ਬਾਹਾਂ ਕਰ ਉੱਠਦੇ ਆਂ ਪਾਂ ਪਾਂ ਦੇ ਸੰਦ ਵੇਖ ਕੇ ਟੇਕ ਦਾ ਪਿਸ਼ਾਬ ਨਿਕਲ ਗਿਆ ਭਾਗੂ ਨੇ ਛੱਤ ਨਾਲ ਲੰਮਕਦੇ ਸੰਗਲ ਦੇ ਕੁੰਡਿਆਂ ਚ ਟੇਕ ਦੀਆਂ ਬਾਹਾਂ ਫਸਾਉਂਦੀਆਂ ਪੈਰ ਵੀ ਕਿਸੇ ਕੰਜੀ ਜੇ ਚ ਫਸਾਉਂਦੇ ਤੇ ਤੇ ਬੁੱਲ ਗੋਲਕਰ ਆਪਣੇ ਸਾਭ ਦੀ ਤਰ੍ਹਾਂ ਹੀ ਪਹਿਲੀ ਸਿਟੀ ਜੀ ਮਾਰਦਾ ਰਿਹਾ ਤੇ ਫਿਰ ਬੋਲਿਆ ਹੁਣ ਮਿੱਤਰਾ ਤੇਰੇ ਤੇ ਤਕਮਕੋੜੇ ਛੱਡਣੇ ਆ ਸਰੀਰ ਦੇ ਕੱਪੜੇ ਤਾਰ-ਤਾਰ ਕਰਕੇ ਤੇ ਫਿਰ ਤੇਰੇ ਪਿੰਡੇ ਤੇ ਖੰਡ ਵਾਲਾ ਪਾਣੀ ਛਿੜਕ ਕੇ ਜਦੋਂ ਮਕੋੜਿਆਂ ਨੂੰ ਛਿਸ਼ਕੇ ਰਿਆ ਫਿਰ ਤੂੰ ਉਹ ਕੁਝ ਕੀ ਹੋਰ ਵੀ ਬਹੁਤ ਕੁਝ ਆਖੜ ਲਈ ਤਿਆਰ ਹੋਏਗਾ ਜੋ ਸਾਹ ਬਹਾਦਰ ਕਹਿੰਦੇ ਆ ਤੈਨੂੰ ਇੱਕ ਗੱਲ ਦੱਸਦੇ ਆ ਕਿ ਸਾਡੇ ਇਹ ਤਕਮਕੋੜੇ ਇਨਸਾਨੀ ਮਾਸ ਦੇ ਐਨੇ ਲਾਗੜੂ ਆ ਕਿ ਵਹਿੰਦਿਆ ਵਹਿੰਨਿਆ ਹੀ ਬੰਦੇ ਦਾ ਸਤਿਆਨਾਸ਼ ਕਰ ਮਾਰਦੇ ਆ ਸਮਝ ਮੁੱਤਣ ਲਈ 6 ਕੀ ਬਚਦਾ ਨਹੀਂ ਸਾਰਾ ਕੁਝ ਛਟਾ ਨਹੀਂ ਜੋ ਆਖੋਂਗੇ ਮੈਂ ਉਹੀ ਆਖੋ ਟੇਕ ਦੀਆਂ ਲੇਰਾਂ ਨਿਕਲ ਗਈਆਂ ਪਰ ਭਾਗੂ ਨੇ ਜਿਵੇਂ ਸੁਣਿਆ ਹੀ ਨਾ ਉਹ ਹੋਰ ਤੰਗ ਪੈੜੇ ਜੇ ਢੰਗ ਸਿਰ ਕਰਨ ਲੱਗ ਪਿਆ ਇੱਕ ਵੱਡੀ ਸਾਰੀ ਖੁੱਲੇ ਮੂੰਹ ਵਾਲੀ ਬੋਤਲ 'ਚ ਕੁਝ ਠੂਏ ਸੀ ਇੱਕ ਪਿੰਜਰੇ 'ਚ ਪੂਰੇ ਰੰਗ ਦੇ ਚੂਹੇ ਭਾਗੂ ਉਹਦੀਆਂ ਚੀਕਾਂ ਦੀ ਪਰਵਾਹ ਨਾ ਕਰਦਾ ਬੋਲੀ ਗਿਆ ਜੇ ਜੇ ਕੀੜਿਆਂ ਤੋਂ ਕੰਮ ਲੋਟ ਨਾ ਆਏ ਬਾਈ ਚਾਂਸ ਨਾ ਲੋਟ ਆਏ ਫਿਰ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਨਾਂ ਚੋਂ ਇੱਕ ਚੂਹਾ ਤਾਂ ਬੰਦੇ ਦੀ ਫਾਰਗ ਹੋਣ ਵਾਲੀ ਜਗ੍ਹਾ ਨੂੰ ਹੀ ਖੁੱਡ ਸਮਝੇ ਨਹੀਂ ਮੈਂ ਮੈਂ ਤਾਂ ਕੀ ਮੇਰੀ ਸੱਤ ਪੁਸਤਾਂ ਵੀ ਉਹ ਰੱਟਾ ਲਾਉਣੀਆਂ ਜੋ ਮੈਂ ਸਾਬਜੀ ਤੋਂ ਪੁੱਛ ਵੇਖਦਾ ਜੇ ਉਹਨਾਂ ਦੇ ਮਨ ਮੇਰ ਪੈ ਜਾਏ ਨਹੀਂ ਤਾਂ ਇਹ ਉਦੋਂ ਮੇਰ ਕਰਦੇ ਆ ਜਦੋਂ ਨਹੀਂ ਨਹੀਂ ਬਖਸ਼ ਲੋ ਮੈਨੂੰ ਟੇਕਦਿਆਂ ਚੀਕਦਿਆਂ ਵਾਂਗੂ ਚੈਂਬਰ ਚੋਂ ਬਾਹਰ ਨਿਕਲਿਆ ਤੇ ਕੁਛੇਰ ਬਾਅਦ ਆਇਆ ਤਾਂ ਰਗਵੀਰ ਸਿੰਘ ਨਾਲ ਸੀ ਬਸ ਬੋਲ ਗਈ ਭਿਆ ਭੈਣ ਦੇ ਟਕਿਆ ਪਾਗੂ ਨੂੰ ਤਾਂ ਆਪਣੀ ਡਿਊਟੀ ਕਰਨ ਦਿੰਦਾ। ਇਸ ਸਾਲਾ ਕਈ ਦਿਨ ਤੋਂ ਵਿਹਲਾ ਫਿਰਦਾ ਹੈ। ਕੋਈ ਕਾਰਗੁਜ਼ਾਰੀ ਨਹੀਂ ਪਾਈ ਇਹਨੇ। ਹਾਜ਼ਰੀ ਤਾਂ ਪੈਂਦੀ ਹੈ ਦੀ? ਹਾਂ ਬੋਲ। ਉਵੇਂ ਆਖੇਗਾ ਜਿਵੇਂ ਅਸੀਂ ਰੱਟਾ ਲਵਾਇਆ। ਹਾਂ ਇਹ ਵੀ ਸੁਣ ਲੈ। ਜੇ ਅਦਾਲਤ ਵਿੱਚ ਮੁੱਕਰ ਗਿਆ ਫੇਰ ਤੈਨੂੰ ਜੇਲ੍ਹ ਚੋਂ ਵੀ ਕਢਵਾ ਕੇ ਕਿਸੇ ਪੁਲੀ ਤੇ ਠਾ ਨਹੀਂ ਨਹੀਂ ਮਾਈ ਪਾਪ ਨਹੀਂ ਮੁੱਕਰਦਾ। ਟੇਕ ਪਾਣੀ ਬਣਿਆ ਪਿਆ ਸੀ। ਲੈ ਆ ਪਾਗੂ। ਇਹਨੂੰ ਮੇਰੇ ਕੁਆਟਰ ਨਾਲ ਦੇ ਦਫ਼ਤਰ ਚ ਆਖਰ ਗਗਬੀਰ ਸਿੰਘ ਪੁਲਿਸ ਇਨਸਪੈਕਟਰ ਚੈਂਬਰ ਚੋਂ ਬਾਹਰ ਨਿਕਲ ਗਿਆ। ਪਹਿਲਾਂ ਰੁਕਵੀ ਨੇ ਟੇਕ ਤੋਂ ਉਹਦੇ ਘਰ ਬਾਰੇ ਪੂਰਾ ਬਿਉਰਾ ਲਿਆ ਤਾਂ ਉਹਦੀਆਂ ਬਾਤਾਂ ਖੜਗੀਆਂ ਕਈ ਵਾਰ ਅਦਾਲਤ 'ਚ ਮੇਨ ਸਮਸਿਆ ਹੀ ਆਉਂਦੀ ਸੀ ਵੀ ਆਖਰ ਮੁਲਜ਼ਮ ਕੋਲ ਹੈਰੋਇਨ ਖਰੀਦਣ ਲਈ ਇੰਨੀ ਰਕਮ ਆਈ ਤਾਂ ਆਈ ਕਿੱਥੋਂ ਪਰ ਇਹ ਸਮੱਸਿਆ ਆਸਾਨੀ ਨਾਲ ਹੱਲ ਹੋ ਰਹੀ ਨਜ਼ਰ ਆਉਂਦੀ ਸੀ ਟੇਕ ਨੇ ਕੁਝ ਸਮਾਂ ਪਹਿਲਾਂ ਲੱਖਾਂ ਰੁਪਈਆ ਦੀ ਜ਼ਮੀਨ ਵੇਚੀ ਸੀ ਜਿਹਨੂੰ ਉਹ ਠੱਗੀ ਵੱਜੀ ਦਾ ਨਾਮ ਦੇ ਰਿਆ ਸੀ ਜਦੋਂ ਕਿ ਵੱਜੀ ਠੱਗੀ ਦਾ ਕੋਈ ਸਬੂਤ ਨਹੀਂ ਸੀ ਇਹ ਰਕਮ ਸਮਗਲਰੀ ਕਰਨ ਲਈ ਵਰਤੀ ਗਈ ਦੀ ਸਟੋਰੀ ਬਣਾ ਦੇਣੀ ਵਕੀਲ ਲਈ ਸਧਾਰਨ ਗੱਲ ਹੋਣੀ ਸੀ ਜਿਹਦੀ ਕੋਈ ਕਾਟ ਵੀ ਨਹੀਂ ਹੋਣੀ ਸੀ ਦੂਜੇ ਦਿਨ ਹੀ ਅਖਬਾਰਾਂ ਚ ਮੋਟੀਆਂ ਸੁਰਖੀਆਂ ਚ ਖਬਰ ਛਪੀ ਕਿ ਬਾਰਡਰ ਨੇੜੇੋਂ ਟੇਕ ਸਿੰਘ ਦਾ ਪੁੱਤਰ ਅਮਰ ਸਿੰਘ ਵਾਸੀ ਮੰਡੀ 4 ਕਿਲੋ ਹੈਰਨ ਸਮੇਤ ਗ੍ਰਿਫਤਾਰ ਮੁਜਰਮ ਕੋਲੋਂ ਬਾਰਾਂਪੁਰ ਦਾ ਇੱਕ ਰਵਾਲਵਰ 15 ਜੰਦਾ ਕਾਰਤੂਸ ਸੀ ਜਿਸ ਕਾਰ ਚੋਂ ਜਾ ਰਿਹਾ ਸੀ ਉਹਨੇ ਮੰਨਿਆ ਕਿ ਉਹ ਉਹਨੇ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਚੋਰੀ ਕੀਤੀ ਸੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਮੰਡੀ ਨੇੜੇ ਹੋਇਆ ਕਤਲ ਵੀ ਸ਼ਾਮਲ ਹੈ ਤੇ ਕਈ ਖਲਾਸੀ ਹੋਣੇ ਹਜੇ ਬਾਕੀ ਹੈ ਹਰਜੀਤ ਨੂੰ ਪਤਾ ਲੱਗਾ ਸੀ ਤਾਂ ਉਹ ਅੱਖਾਂ 'ਚ ਘਸੁੰਨ ਦੇ ਦੇ ਰੋਈ ਸੀ ਸਾਰੇ ਪਿੰਡ 'ਚ ਕਈ ਦਿਨ ਗੱਲਾਂ ਹੁੰਦੀਆਂ ਲੱਗੀਆਂ ਸੀ ਧੰਨਵਾਦ ਚਲਦਾ